ਅੱਜ ਛੋਟਾ ਹਾਥੀ ਟਰਾਲਾ ਤੇ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਮਹਿਲਾ ਚੌਂਕ ਤੋਂ ਸਜੂਮਾ ਵਿਚਕਾਰ ਲਗਾਏ ਜਾ ਰਹੇ ਟੋਲ ਪਲਾਜ਼ੇ ਦਾ ਭਾਰੀ ਵਿਰੋਧ ਕੀਤਾ ਗਿਆ। ਇਸ ਸਮੇਂ ਹਾਜ਼ਰ ਧਰਨਾਕਾਰੀਆਂ ਨੇ ਸਰਕਾਰ ਵਿਰੋਧੀ ਨਾਅਰੇ ਲਗਾਏ। ਇਸ ਸਮੇਂ ਹਾਜ਼ਰ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ, ਬੱਚਾ ਬੱਚਾ ਦੁਖੀ ਹੈ, ਸਾਡੇ ਲੋਕ ਪਹਿਲਾਂ ਇੱਥੇ ਗੜਬੜਾਇਆ ਕਰਨਗੇ, ਇੱਥੋਂ 30 ਕਿਲੋਮੀਟਰ ਜਾ ਕੇ ਚੰਨੂ ਗੜਬੜਾਉਂਦੇ ਨੇ, ਸ਼ਹਿਰ ਵਾਲੇ ਜਾ ਕੇ ਚੰਨੀ ਗੜਬੜਾਉਂਦੇ ਨੇ ਵਿਚਾਰੇ। ਇਸ ਕਰਕੇ ਅਸੀਂ ਬੇਹੱਦ ਦੁਖੀ ਹਾਂ। ਇਹ ਸਰਕਾਰਾਂ ਦੀ ਡਿਊਟੀ ਬਣਦੀ ਹੈ, ਸਰਕਾਰਾਂ ਨੇ ਸੜਕਾਂ ਦੇਣੀਆਂ, ਸਿਹਤ ਸਹੂਲਤ ਦੇਣੀ, ਐਜੂਕੇਸ਼ਨ ਦੇਣੀ, ਇਹ ਸਰਕਾਰਾਂ ਦੀ ਡਿਊਟੀ ਹੁੰਦੀ ਹੈ, ਮੋਰਲ ਡਿਊਟੀ ਹੁੰਦੀ ਹੈ, ਸਰਕਾਰਾਂ ਕੋਈ ਸਹਾਰ ਨਹੀਂ ਕਰਦੀਆਂ ਸਾਡੇ 'ਤੇ। ਇਸ ਧਰਨੇ ਵਿੱਚ ਉਚੇਚੇ ਤੌਰ 'ਤੇ ਗੁਰਪ੍ਰੀਤ ਸਿੰਘ ਲਖਵੀਰ ਵਾਲਾ, ਜਰਨੈਲ ਸਿੰਘ ਪ੍ਰਧਾਨ ਸੈੱਲ ਪਰਚੇਜ ਯੂਨੀਅਨ ਸੁਨਾਮ, ਪਲਵਿੰਦਰ ਸਿੰਘ ਸਾਬਕਾ ਸਰਪੰਚ ਸ਼ੇਰੋਂ, ਦਰਸ਼ਨ ਸਿੰਘ ਸਰਪੰਚ ਬਿਜ਼ਲਪੁਰ, ਕਾਕਾ ਮੈਂਬਰ ਢੰਡੋਲੀ ਕਲਾਂ, ਹਰਿੰਦਰ ਸ਼ਾਹ ਸੁਨਾਮ, ਮਹਿੰਦਰ ਸਿੰਘ ਲਖਵੀਰ ਵਾਲਾ ਤੋਂ ਇਲਾਵਾ ਮਣੀ ਸਿੰਘ ਲਖਵੀਰ ਵਾਲਾ, ਧੀਰਜ ਗੋਇਲ ਆਊਟਰੀਚ ਇੰਚਾਰਜ ਯੁਵਾ ਮੋਰਚਾ ਸੰਗਰੂਰ ਅਤੇ ਸੁਰੇਸ਼ ਕੁਮਾਰ ਟਰਾਲਾ ਯੂਨੀਅਨ ਸੁਨਾਮ ਵੀ ਹਾਜ਼ਰ ਰਹੇ।